आओ सारे रचना पवित्र करो। एक ओंकार सतनाम करता पुरख निर्भाव निर्वैर अकाल मूरत अजूनी सह भंग मुर प्रसाद जप आदि सच जुगाद सच है भी सच नानक होसी भी सच तुम दाते ठाकुर प्रतपालक नायक खसम हमारे निमख निमख तुम ही प्रतपाल हो हम बारिक तुमरे तारे जेहे वाइक कवन गुन कही है बेसुमार बेअंत स्वामी तेरवंत न किन्हीं लही है रहाओ कोट पराद हमारे खंड अनक विधि समझाओ हो हम अज्ञान अल्प मत थोरी तुम्हें अपन बिरध रखावो हो तुमरी शरण तुम्हारी आसा तुम ही सजन सोहेले रख रखन हार दयाला नानक करके गोले तुमरी शरण तुम्हारी आसा तुम ही सजन सोहेले रख रखन हार दयाला नानक करके गोले सुख टल गुर सेविया अहनिस सहज सुभाए दर्शन परसे आए गुरु कै जन्म मरण दुख जाए होवै सिफत खसमदी नूरे अरसों कुरसों जटी है तुद डिठे सचे पातशाह मल जन्म जन्म दी कटी है सज्जन सच्चा पातशाह शिरशाह दशाह जिस पास बैठिया सो ही है सब ना दावे सा जिस पास बैठिया सो ही है सब ना दावे सा धन धन साहिब श्री गुरु ग्रंथ साहिब महाराज जी पावन पवित्र हजूरी विच सजी होई गुरु रूप गुरु खालसा साध संगत जी आओ प्यार सत्कार नाल वज वज के फतेह उचारण करिए वाहिगुरु जी का खालसा वाहिगुरु जी की फतेह। सतगुरु महाराज का पावन फुरमान है गुरां ने बख्शिश कीती है सुख टल गुर सेवी है टल भट्ट जी फरमाउंदे हन गुरु की सेवा जिहड़ी है सेवी है सेवा करनी चाहीदी है किन्ना समा सेवा करनी चाहीदी है अहनिस सहज सुभाए अहनिस एक रस लगातार रात दिन सहज सुभाव की गुरु की सेवा करिए सेवा दे विच ही सारा कुछ गुरु साहब बख्शिश करते हैं। महाराज जी ने फरमाया जिमें गुर सेवा ते सुख उपजा फिर दुख ना लगा आए गुरु की सेवा दे नाल ही जीव नू आत्मक आनंद संसार दे सारे सुख प्राप्त होंदे ने और जिहड़ा वड्डा संसार दे विच दो ही कर्म हन जम्मना ते मरना महाराज कहते हैं जम्मन मरना मिट गया काल का किछ ना बसाए
ਕਾਲ ਦਾ ਮੌਤ ਦਾ ਕੋਈ ਵੱਸ ਜ਼ੋਰ ਨਹੀਂ ਚੱਲਦਾ ਜਦੋਂ ਇਨਸਾਨ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਰਹਿ ਕੇ ਗੁਰੂ ਦੇ ਦਰਬਾਰ ਦੀ, ਗੁਰੂ ਦੇ ਲੰਗਰਾਂ ਦੀ, ਸੰਗਤਾਂ ਦੀ ਸੇਵਾ ਕਰਦਾ। ਸੋ ਮਹਾਰਾਜ ਫਰਮਾਉਂਦੇ ਹਨ, ਇਹਨ ਇਸ ਰਾਤ ਦਿਨ ਸਹਿਜ ਸੁਭਾਏ ਹੋਣ, ਵਿਚਾਰਵਾਨ ਸੱਜਣ ਕਹਿਣਗੇ ਰਾਤ ਦਿਨ ਸੇਵਾ ਕਰਨੀ ਬਹੁਤ ਔਖੀ। ਮਹਾਰਾਜ ਕਹਿੰਦੇ ਨੇ ਇੱਕ ਸੇਵਾ ਹੁੰਦੀ ਸਰੀਰ ਦੇ ਨਾਲ, ਜਿਹੜੀ ਆਪਾਂ ਗੁਰੂ ਸਾਹਿਬ ਦੇ ਪ੍ਰਕਾਸ਼ ਵੇਲੇ ਕਰਦੇ ਹਾਂ, ਸੁੱਖ ਆਸਣ ਵੇਲੇ, ਦਿਨ ਵੇਲੇ, ਚੌਰ ਸਾਹਿਬ ਜਦੋਂ ਗੁਰੂ ਘਰ ਦਰਬਾਰ ਸਾਹਿਬ ਲੰਗਰ ਹਾਲ ਖੁੱਲ੍ਹੇ ਨੇ, ਹਾਂ, ਰਾਤ ਨੂੰ ਜਾਂ ਦਿਨੇ ਕਿਰਤ ਕਰਦਿਆਂ ਹੋਇਆਂ ਸੇਵਾ ਕਿਵੇਂ ਕਰ ਸਕਦੇ ਹਾਂ? ਕਿਉਂਕਿ ਰਾਤ ਨੂੰ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਨਹੀਂ ਹੋ ਸਕਦੀ ਸਾਡੇ ਪਾਸੋਂ, ਦ੍ਰਿਸ਼ਟੀ ਜੀਵ ਹਾਂ ਸੀ। ਮਹਾਰਾਜ ਜੀ ਫਰਮਾਉਂਦੇ ਹਨ ਮਾਰੂ ਰਾਗ ਦੇ ਵਿੱਚ, ਗੁਰੂ ਦੀ ਸੇਵਾ ਸਰੀਰ ਕਰਕੇ ਕਰਦੇ ਹਾਂ ਦਿਨੇ, ਦੂਸਰੀ ਸੇਵਾ ਜਿਹੜੀ ਹੁੰਦੀ ਹੈ ਜ਼ੁਬਾਨ ਨਾਲ, ਇੱਕ ਹੁੰਦੀ ਮਨ ਨਾਲ। ਸਰੀਰ ਨਾਲ ਜਿਹੜੀ ਸੇਵਾ ਹੈ ਉਹ ਆਪਾਂ ਕਰੀਏ ਦਿਨੇ, ਔਰ ਕੰਮ ਕਾਰ ਕਰਦਿਆਂ ਹੋਇਆਂ ਮਹਾਰਾਜ ਨੇ ਜਿਵੇਂ ਬਚਨ ਕੀਤੇ ਹਨ, ਹੱਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ, ਇਹ ਮਨ ਕਰਕੇ ਸੇਵਾ ਹੈ। ਚਿੱਤ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੁੜਿਆ ਹੋਵੇ, ਔਰ ਤੀਸਰੀ ਹੈ ਸਾਡੀ ਸੇਵਾ ਜਿਹੜੀ ਜ਼ੁਬਾਨ ਦੇ ਨਾਲ, ਸੰਤ ਕੀ ਸੇਵਾ ਨਾਮ ਤੇ ਆਈ ਹੈ ਜਾਂ ਗੁਰ ਕੀ ਸੇਵਾ ਨਾਮ ਤੇ ਆਈ ਹੈ, ਕਿਤੇ ਵੀ ਹੋਵੇ ਸਿੱਖ ਆਪਣੇ ਕੰਮਾਂ ਕਾਰਾਂ ਵਿੱਚ ਗ੍ਰਿਸਤੀ ਜੀਵਨ ਹੈ, ਜੇ ਮੁੱਖ ਵਿੱਚ ਵਾਹਿਗੁਰੂ ਹੈ, ਜੇ ਮੁੱਖ ਵਿੱਚ ਨਾਮ ਹੈ, ਬਾਣੀ ਹੈ, ਉਹ ਵੀ ਗੁਰਾਂ ਦੀ ਹੀ ਸੇਵਾ ਹੈ। ਬਾਣੀ ਅੰਦਰ ਬਚਨ ਗੁਰਾਂ ਨੇ ਕੀਤਾ ਹੈ, ਇੱਕ ਸੇਵਾ ਇਹ ਵੀ ਹੈ, ਗੁਰ ਸੇਵਾ ਕਰ ਨਮਸਕਾਰ, ਜਿਹੜੀ ਮੱਥਾ ਟੇਕਣਾ ਗੁਰੂ ਸਾਹਿਬ ਨੂੰ, ਇਹ ਵੀ ਸੇਵਾ ਹੀ ਹੈ। ਗੁਰ ਸੇਵਾ ਕਰ ਨਮਸਕਾਰ ਬਸੰਤ ਰਾਗ 'ਚ ਗੁਰਾਂ ਨੇ ਫਰਮਾਇਆ। ਇੱਥੇ ਜਿਹੜੀ ਸਿੱਖੀ ਦੀ ਗੱਲ ਕਰਦੇ ਹਾਂ, ਸਿੱਖੀ ਹੈ ਭਾਵਨਾ ਦੀ, ਪ੍ਰੇਮਾ ਭਗਤੀ ਹੈ। ਜਿੰਨੀ ਮਨ ਦੀ ਚੰਗੀ ਭਾਵਨਾ ਬਣ ਜਾਵੇ, ਭਾਵਨਾ ਦੇ ਨਾਲ ਹੀ ਜੀਵ ਨੂੰ ਫਲ ਪ੍ਰਾਪਤ ਹੁੰਦਾ ਹੈ। ਜਿੰਨਾ ਮਨ ਦਾ ਭਾਵ ਗੰਦਾ ਹੋ ਜਾਂਦਾ ਹੈ, ਨੈਗੇਟਿਵ ਥਿੰਕਿੰਗ ਹੋ ਜਾਂਦੀ, ਨੈਗੇਟਿਵ, ਜਿਵੇਂ ਇੱਥੇ ਦੇ ਪਾਣੀ ਦੀਆਂ ਬੋਤਲਾਂ 'ਤੇ ਲਿਖਿਆ ਹੁੰਦਾ, ਡਰਿੰਕ ਪੋਜ਼ਿਟਿਵ, ਥਿੰਕ ਪੋਜ਼ਿਟਿਵ, ਸਾਫ਼ ਸੁਥਰਾ ਪਾਣੀ ਪੀਓ ਅਤੇ ਥਿੰਕਿੰਗ ਵੀ ਪੋਜ਼ਿਟਿਵ ਹੋ ਜਾਂਦੀ ਸਾਡੀ। ਜੇ ਨੈਗੇਟਿਵ ਵਾਟਰ ਪੀਂਦੇ ਹਾਂ ਕੋਈ ਵੀ, ਤਾਂ ਉਹ ਸਾਰਾ ਸਾਡੇ ਮਨ ਤੱਕ ਪੋਜ਼ਿਟਿਵ ਦੀ ਜਗ੍ਹਾ ਨੈਗੇਟਿਵ ਹੀ ਅਸਰ 'ਚ ਲੈ ਜਾਂਦਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਮਨ ਨੂੰ ਪਵਿੱਤਰ ਕਰਨ ਲਈ ਸਾਰਿਆਂ ਨਾਲੋਂ ਪਹਿਲਾਂ ਖਾਣਾ ਪੀਣਾ ਪਵਿੱਤਰ ਹੈ, ਦਿੱਤੋਂ ਨਿਰਜਕ ਸੰਭਾਈ, ਪਵਿੱਤਰਤਾ ਵਾਲਾ ਮੁੱਖ, ਪਵਿੱਤਰਤਾ ਵਾਲਾ ਹਿਰਦਾ, ਸਰੀਰ ਪਵਿੱਤਰ ਕਰ ਸੇਵਾ, ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛ ਪੁਜਾਈ। ਮਹਾਰਾਜ ਕਹਿੰਦੇ ਨੇ ਕਰ ਸੇਵਾ, ਸੇਵਕ ਪ੍ਰਭ ਆਪਣੇ, ਸੇਵਕ ਬਣ ਕੇ ਸੇਵਾ ਕਰੋ। ਕਿਉਂ ਸੇਵਾ ਕਰੀਏ? ਕਹਿੰਦੇ ਜਿਨ ਮਨ ਕੀ ਇੱਛ ਪੁਜਾਈ, ਜਿੰਨੀਆਂ ਤੇਰੀਆਂ ਇੱਛਾਵਾਂ ਸੀ ਉਹ ਤੇਰੇ ਸਤਿਗੁਰ ਨੇ ਪੂਰੀਆਂ ਕੀਤੀਆਂ, ਤੂੰ ਜੋ ਕਿਹਾ ਸੀ, ਜੋ ਅਰਦਾਸਾਂ ਕੀਤੀਆਂ ਸਨ ਅੱਜ ਤੱਕ, ਜਿੰਨੀਆਂ ਅਰਦਾਸਾਂ ਆਪਾਂ ਕਰਵਾਈਆਂ ਕੀਤੀਆਂ ਸਾਰੀਆਂ ਮਨਜ਼ੂਰ ਹੋਈਆਂ ਨੇ। ਮਹਾਰਾਜ ਨੇ ਬਾਣੀ ਅੰਦਰ ਜਿਵੇਂ ਫਰਮਾਨ ਕੀਤਾ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ।
ਤੁਸੀਂ ਜੋ ਵੀ ਮੰਗਿਆ ਗੁਰੂ ਨੇ ਨਾਂਹ ਨਹੀਂ ਕੀਤੀ, ਉਹ ਤੁਹਾਨੂੰ ਦੇ ਦਿੱਤਾ। ਪਰ ਇਹਦੇ ਵਿੱਚ ਹੁਣ ਸਾਡਾ ਵੀ ਕੁਛ ਫਰਜ਼ ਬਣਦਾ। ਜਿਵੇਂ ਆਪਾਂ ਇੱਥੇ ਕੋਈ ਬੰਦਾ ਆਪਾਂ ਨੂੰ ਕੁਛ ਵੀ ਫੜਾ ਦਿੰਦਾ ਤਾਂ ਆਪਣੇ ਮੂੰਹ 'ਚ ਇੱਥੇ ਸੁਭਾਵਿਕ ਥੈਂਕ ਯੂ ਨਿਕਲਦਾ। ਟਿਸ਼ੂ ਪੇਪਰ ਫੜਾਇਆ, ਚਾਹੇ ਕੋਈ ਹੋਰ ਚੀਜ਼ ਫੜਾ ਤੀ, ਮਾੜੀ ਜਿਹੀ ਹੈਲਪ ਕਰਤੀ। ਮਹਾਰਾਜ ਕਹਿੰਦੇ ਨੇ ਇਹ ਜਿਹੜਾ ਧੰਨਵਾਦ ਅੱਖਰ ਹੈ, ਇਹ ਗੁਰੂ ਸਾਹਿਬ ਨੂੰ ਵੀ ਦੱਸਿਆ ਕਰੋ ਵੀ ਮਹਾਰਾਜ ਧੰਨਵਾਦ ਹੈ। ਉਹਦੇ ਲਈ ਆਪਾਂ ਆਮ ਤੌਰ 'ਤੇ ਕੈਲੰਡਰ ਬਣੇ ਹੁੰਦੇ, ਉਹਨਾਂ 'ਤੇ ਲਿਖਿਆ ਹੁੰਦਾ ਵਾਹਿਗੁਰੂ ਤੇਰਾ ਸ਼ੁਕਰ ਹੈ। ਆਮ ਤੌਰ 'ਤੇ ਇਹ ਅੱਖਰ ਅਰਬ ਕੰਟਰੀਆਂ ਦੇ ਜਹਾਜ਼ਾਂ ਵਿੱਚ ਵਰਤਿਆ ਜਾਂਦਾ, ਸ਼ੁਕਰਮ। ਉਹ ਇਹ ਕਰਦੇ ਸ਼ੁਕਰ ਹੈ ਤੇਰਾ, ਇੱਧਰ ਥੈਂਕ ਯੂ ਹੈ, ਬਾਕੀ ਦੇਸ਼ਾਂ 'ਚ ਧੰਨਵਾਦ ਹੈ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿਹੜਾ ਕਿਸੇ ਨੇ ਸਾਡੇ 'ਤੇ ਛੋਟੇ ਤੋਂ ਛੋਟਾ ਵੀ ਅਹਿਸਾਨ ਕੀਤਾ ਹੁੰਦਾ, ਉਹਨੂੰ ਆਪਾਂ ਨਾਲ ਹੀ ਉਤਾਰ ਦਿੰਦੇ ਹਾਂ ਧੰਨਵਾਦ ਕਰਕੇ। ਆਪਾਂ ਅੱਜ ਤੱਕ ਜਿੰਨਾ ਕੁਝ ਮੰਗਿਆ ਹੈ, ਚਾਹੇ ਉਹ ਘਰ ਮੰਗੇ ਨੇ, ਚਾਹੇ ਕੋਈ ਪਦਾਰਥ ਮੰਗਿਆ, ਚਾਹੇ ਨੌਕਰੀਆਂ ਮੰਗੀਆਂ ਨੇ, ਕੰਮ ਕਾਰਾਂ ਵਿੱਚ ਵਾਧਾ ਮੰਗਿਆ, ਬੇਸ਼ੱਕ ਆਪਾਂ ਬੱਚਿਆਂ ਦੀ ਦਾਤ ਮੰਗੀ ਹੈ, ਔਰ ਜੋ ਆਪਾਂ ਮੰਗਿਆ ਹੈ ਗੁਰੂ ਸਾਹਿਬ ਨੇ ਦਿੱਤਾ। ਦੂਰੋਂ ਗੁਰੂ ਘਰ ਦੀ ਬਿਲਡਿੰਗ ਦੇਖਦੇ ਹਾਂ, ਬਹੁਤ ਸੋਹਣੀ ਲੱਗਦੀ, ਖੁਸ਼ੀ ਹੁੰਦੀ ਹੈ ਗੁਰਸਿੱਖਾਂ ਨੇ ਕਿੰਨਾ ਉਦਮ ਕੀਤਾ। ਪਰ ਇਹ ਵੀ ਉਹਦੀ ਕਿਰਪਾ ਨਾਲ ਹੀ ਹੋਇਆ, ਇਹ ਤੁਹਾਡੀਆਂ ਇੱਛਾਵਾਂ ਗੁਰੂ ਨੇ ਪੂਰੀਆਂ ਕੀਤੀਆਂ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਧੰਨਵਾਦ ਕਰਨਾ ਬੜਾ ਜ਼ਰੂਰੀ, ਸ਼ੁਕਰਾਨਾ ਜਿਹੜਾ ਕਰਨਾ, ਜਦੋਂ ਸ਼ੁਕਰਾਨਾ ਕਰ ਦਈਏ ਤਾਂ ਇੱਕ ਅਕਿਰਤ ਘਣਤਾ ਦਾ ਦੋਸ਼ ਹੁੰਦਾ ਜਿਹੜਾ ਲੱਥ ਜਾਂਦਾ। ਜੇ ਕੋਈ ਸਾਡਾ ਸ਼ੁਕਰਾਨਾ ਨਾ ਕਰੇ ਕਿਸੇ ਕੰਮ ਦੇ ਵਿੱਚ, ਕੋਈ ਕੰਮ ਕੀਤਾ ਕਿਸੇ ਦਾ, ਤਾਂ ਆਪਾਂ ਕਹਿੰਦੇ ਇਹ ਬੰਦਾ ਸਾਡਾ ਸ਼ੁਕਰਾਨਾ ਵੀ ਨਹੀਂ ਕੀਤਾ ਇਸਨੇ। ਇਹ ਆਮ ਇੱਕ ਬਹੁਤ ਗੁਰੂ ਦੀ ਖੁਸ਼ੀ ਲੈਣ ਦੀ ਗੱਲ ਹੈ। ਪਹਿਲਾਂ ਕੰਮ ਲਈ ਅਰਦਾਸ ਕਰੋ, ਕੋਈ ਕਾਰਜ ਹੈ, ਉਸ ਤੋਂ ਬਾਅਦ ਮਹਾਰਾਜ ਕਹਿੰਦੇ ਨੇ ਫਿਰ ਸ਼ੁਕਰਾਨਾ ਵੀ ਕਰੋ। ਮਹਾਰਾਜ ਆਪ ਜੀ ਨੇ ਆਹ ਕਿਰਪਾ ਕੀਤੀ ਹੈ, ਧੰਨਵਾਦ ਹੈ ਆਪ ਜੀ ਦਾ, ਬਹੁਤ ਬਹੁਤ ਕਿਰਪਾ ਹੈ ਆਪ ਦੀ। ਕਿਉਂਕਿ ਗੁਰੂ ਦੀ ਲੋੜ ਸਾਨੂੰ ਪਰਲੋਕ ਤੱਕ ਹੈ, ਦੁਨਿਆਵੀ ਜੀਵ ਹਾਂ। ਮਹਾਰਾਜ ਕਹਿੰਦੇ ਜਹਿ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨੁਹਾ ਨਾਮ ਤੇਰਾ ਸੰਗ ਸਹਾਈ, ਜਹਿ ਮਹਾਂ ਭਿਆਨ ਦੂਤ ਜਮ ਦਲੈ, ਤਹਿ ਕੇਵਲ ਨਾਮ ਸੰਗ ਤੇਰਾ ਚੱਲੈ, ਜਹਿ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਸਤਿਗੁਰੂ ਕਹਿੰਦੇ ਫਿਰ ਪਰਮੇਸ਼ਰ ਦਾ ਨਾਮ, ਵਾਹਿਗੁਰੂ ਦਾ ਨਾਮ ਜਪਿਆ ਹੋਇਆ ਉੱਥੇ ਕੰਮ ਆਉਂਦਾ। ਸੋ ਇਸ ਕਰਕੇ ਜਿਹੜੀ ਹੈ ਗੁਰੂ ਦੀ ਸੇਵਾ ਕੀ ਹੈ, ਗੁਰ ਸੇਵਾ ਕਰ ਨਮਸਕਾਰ। ਹੁਣ ਸਤਿਗੁਰੂ ਮਹਾਰਾਜ ਜੀ ਕਹਿੰਦੇ ਭਾਵਨਾ ਦੀ ਗੱਲ ਹੈ, ਪ੍ਰੇਮ ਦੀ ਗੱਲ ਹੈ ਕਿ ਕਿੰਨੀ ਕਿੰਨਾ ਕੁ ਥੈਂਕ ਯੂ ਨਿਕਲਦਾ ਜਦੋਂ ਕੋਈ ਸਾਡਾ ਬਹੁਤ ਵੱਡਾ ਕੰਮ ਕਰ ਦੇਵੇ, ਤਾਂ ਉਸ ਵਕਤ ਉਹ ਧੰਨਵਾਦ ਕਰਦਾ। ਜਦੋਂ ਗੁਰੂ ਸਾਹਿਬ ਸਾਡਾ ਕੋਈ ਕਾਰਜ ਕਰ ਦਿੰਦੇ ਨੇ, ਸਤਿਗੁਰੂ ਕਹਿੰਦੇ ਨੇ ਫਿਰ ਕਿੰਨੀ ਵਾਰ ਨਮਸਕਾਰ ਕਰਨੀ, ਕਹਿੰਦੇ ਨਮਸਕਾਰ ਤਾਂ ਕਹੋ ਲੱਖ ਵਾਰ, ਕਹਿੰਦੇ ਨੇ ਵਾਰ ਵਾਰ ਤੈਨੂੰ ਨਮਸਕਾਰ ਕਰੀਏ, ਵਾਰ ਵਾਰ ਨਮਸਕਾਰ ਕਰੀਏ ਕਿ ਆਪ ਨੇ ਸਾਡਾ ਇਹ ਕਾਰਜ ਕੀਤਾ ਹੈ, ਆਪ ਨੇ ਕਿਰਪਾ ਕੀਤੀ ਹੈ। ਇਉਂ ਮਹਾਰਾਜ ਕਹਿੰਦੇ ਨੇ ਕਿ ਗੁਰੂ ਦੀ ਸੇਵਾ ਜਿਹੜੀ ਹੈ, ਸਰੀਰ ਕਰਕੇ ਵੀ ਕਰੋ, ਜ਼ੁਬਾਨ ਦੇ ਨਾਲ ਧੰਨਵਾਦ ਕਰੋ, ਮਨ ਕਰਕੇ ਸਿਮਰਨ ਕਰੋ, ਜਾਪ ਕਰੋ, ਯਾਦ ਕਰੋ, ਬਾਣੀ ਪੜ੍ਹੋ। ਗੁਰੂ ਦੀ ਸੇਵਾ, ਗੁਰਸਿੱਖਾਂ ਦੀ ਸੇਵਾ ਕਰਨੀ, ਕਿਸੇ ਗਰੀਬ ਦੀ ਮਦਦ ਕਰ ਦੇਣੀ ਵੀ ਗੁਰੂ ਦੀ ਸੇਵਾ ਹੁੰਦੀ। ਮਹਾਰਾਜ ਨੇ ਜਿਵੇਂ ਬਚਨ ਕੀਤਾ, ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ।
ਇਸ ਤਰ੍ਹਾਂ ਆਪਾਂ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ। ਤਾਂਹੀਓ ਸਤਿਗੁਰੂ ਮਹਾਰਾਜ ਦੇ ਸੋ ਪਿਆਰਿਆਂ ਨੇ ਬਚਨ ਕੀਤੇ ਨੇ, ਟੱਲ ਭੱਟ ਜੀ ਨੇ ਸੋ ਕਹੋ। ਕਈ ਪ੍ਰੇਮੀ ਇੱਥੇ ਸੋ ਹੋੜੇ ਨਾਲ ਕਰਦੇ ਨੇ, ਇੱਥੇ ਔਂਕੜ ਹੈ ਸੋ ਕਹੋ। ਟੱਲ ਭੱਟ ਦਾ ਨਾਮ ਹੈ, ਆਮ ਤੌਰ 'ਤੇ ਕਹਿੰਦੇ ਨੇ ਸੋ ਕਹੋ ਅਟੱਲ ਗੁਰਸੇਵੀ ਹੈ, ਐੜਾ ਲਾ ਕੇ ਬੋਲਦੇ ਨੇ। ਇੱਥੇ ਐੜਾ ਨਹੀਂ ਹੈ, ਇੱਥੇ ਟੱਲ ਭੱਟ ਦਾ ਨਾਮ, ਸੋ ਕਹੋ ਟੱਲ। ਟੱਲ ਭੱਟ ਜੀ ਫਰਮਾਉਂਦੇ ਹਨ ਸੋ ਕਹੋ ਟੱਲ ਗੁਰਸੇਵੀ ਹੈ, ਗੁਰੂ ਦੀ ਸੇਵਾ ਕਰਿਆ ਕਰੋ। ਭਾਈ ਅਹਿਨ ਇਸ ਰਾਤ ਦਿਨ ਇੱਕ ਰਸ ਲਗਾਤਾਰ ਸਹਿਜ ਸੁਭਾਏ। ਹੁਣ ਸਹਿਜ ਸੁਭਾਅ ਕਿਉਂ ਕਿਹਾ? ਕਿਉਂਕਿ ਕਈ ਸਪੈਸ਼ਲੀ ਕਰਦੇ ਨੇ ਵੀ ਅਸੀਂ ਜਦੋਂ ਕਦੇ ਛੁੱਟੀ ਹੋਊਗੀ ਫੇਰ ਕਰਾਂਗੇ ਸੇਵਾ, ਜਾਂ ਫਲਾਣੇ ਟਾਈਮ 'ਤੇ ਕਰਾਂਗੇ। ਮਹਾਰਾਜ ਕਹਿੰਦੇ ਨੇ ਸਹਿਜ ਸੁਭਾਏ, ਜਿਵੇਂ ਵੀ ਹੋ ਜੇ ਗੁਰੂ ਘਰ ਆਏ ਸਰੀਰ ਕਰਕੇ ਸੇਵਾ ਕਰੋ, ਨਹੀਂ ਤਾਂ ਜ਼ੁਬਾਨ ਦੇ ਨਾਲ ਕਰੋ, ਫਿਰ ਆਪਾਂ ਮਨ ਕਰਕੇ। ਜਿਵੇਂ ਹੁਣ ਆਪਾਂ ਕਥਾ ਵਿੱਚ ਹੀ ਮੰਨ ਲਓ ਬੈਠੇ, ਕਥਾ ਵਿੱਚ ਬੈਠੇ ਗੁਰੂਆਂ ਦੇ ਅੱਖਾਂ ਨਾਲ ਦਰਸ਼ਨ ਕਰਨੇ ਵੀ ਆਪਣੇ ਲਈ ਬਹੁਤ ਵੱਡਾ ਸਾਧਨ ਹੈ। ਔਰ ਮਹਾਰਾਜ ਨੇ ਇਹ ਬਚਨ ਕੀਤੇ ਨੇ ਸੋ ਕਹੋ ਟੱਲ ਗੁਰਸੇਵੀ ਹੈ, ਅਹਿਨ ਇਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ। ਇੱਕ ਹੁੰਦਾ ਹੈ ਸਪਰਸ਼ ਕਰਨਾ ਹੱਥਾਂ ਦੇ ਨਾਲ, ਇੱਕ ਹੁੰਦਾ ਪਰਸਣਾ। ਸਪਰਸ਼ ਅਤੇ ਪਰਸ ਦੋ ਅੱਖਰ ਨੇ। ਸਪਰਸ਼ ਕੀਤਾ ਜਾਂਦਾ ਹੱਥਾਂ ਦੇ ਨਾਲ ਅਤੇ ਪਰਸਣਾ ਹੁੰਦਾ ਅੱਖਾਂ ਦੇ ਨਾਲ। ਅੱਖਾਂ ਦੇ ਨਾਲ ਗੁਰੂ ਸਾਹਿਬ ਦੇ ਦਰਸ਼ਨ ਕਰੀਏ ਆਪਾਂ, ਭਾਵਨਾ ਰੱਖ ਕੇ ਕਿ ਇਹ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ। ਤੋ ਇਸ ਤਰ੍ਹਾਂ ਇਹ ਸ਼ੁਰੂ ਦੀਆਂ ਸਾਰੀਆਂ ਚੀਜ਼ਾਂ ਮਹਾਰਾਜ ਨੇ ਬਖਸ਼ਿਸ਼ ਕੀਤੀਆਂ ਹਨ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਸੋ ਇੱਥੇ ਥੋੜ੍ਹਾ ਜਿਹਾ ਧਿਆਨ ਦੇਣ ਦੀ ਲੋੜ, ਦਰਸ਼ਨ ਪਰਸਿਆ। ਪਰਸਿਆ ਹੁੰਦਾ ਜੇ ਇੱਥੇ ਬਿਹਾਰੀ ਲੱਗੀ ਹੁੰਦੀ ਤਾਂ ਸਿਹਾਰੀ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਵੱਡਾ ਦੁੱਖ ਮਹਾਰਾਜ ਨੇ ਕਿਹਾ ਜੰਮਣ ਮਰਨਾ ਮਿਟ ਗਿਆ, ਕੱਲ ਹੈ ਕਾ ਕਿਛ ਨਾ ਵਸਾਏ। ਜੰਮਣ ਮਰਨਾ, ਵਾਰ ਵਾਰ ਸੰਸਾਰ ਵਿੱਚ ਜਨਮ ਲੈਣਾ, ਫਿਰ ਮਰ ਜਾਣਾ, ਫਿਰ ਜੂਨਾ ਚਲੇ ਜਾਣਾ, ਫਿਰ ਆ ਜਾਣਾ। ਮਹਾਰਾਜ ਕਹਿੰਦੇ ਹੁਣ ਮਨੁੱਖਾ ਦੇਹੀ ਵਾਰ ਵਾਰ ਨਹੀਂ ਮਿਲਦੀ, ਇਹ ਗੱਲ ਬੈਠ ਕੇ ਕਦੇ ਵਿਚਾਰ ਕਰਨੇ ਯੋਗ ਬਚਨ ਹੈ ਇਹ ਮਹਾਰਾਜ ਦਾ। ਮਹਾਰਾਜ ਕਹਿੰਦੇ ਨੇ ਇਸ ਪ੍ਰਕਾਰ ਬਹੁਰ ਨਾ ਹੋਏ ਗੋ ਫੇਰਾ। ਹੁਣ ਦੁਬਾਰਾ ਇੱਥੇ ਫੇਰਾ ਆਪਾਂ ਕਾਹਦੇ ਲਈ ਲਾਉਣਾ? ਸੰਸਾਰ ਦੇ ਅੰਦਰ ਹਰ ਜਨਮ ਵਿੱਚ ਉਹੀ ਕਿਰਿਆ ਵਾਰ ਵਾਰ ਸਾਨੂੰ ਰਿਪੀਟ ਕਰਨੀ ਪੈਂਦੀ। ਜਦੋਂ ਆਪਾਂ ਜਨਮ ਲੈਂਦੇ ਹਾਂ ਉਹੀ ਖੁਸ਼ੀਆਂ ਘਰ 'ਚ ਆਉਂਦੀਆਂ, ਕਾਕਾ ਹੋਇਆ, ਫਿਰ ਉਹੀ ਉਹਦਾ ਹੌਲੀ ਹੌਲੀ ਪਾਲਣ ਪੋਸਣ, ਫਿਰ ਸਕੂਲ, ਫਿਰ ਕਾਲਜ, ਫਿਰ ਉਹਦੀ ਨੌਕਰੀ, ਫਿਰ ਉਹਦੇ ਕੰਮਕਾਰ, ਫਿਰ ਵਿਆਹ ਸ਼ਾਦੀ, ਫਿਰ ਉਹਦੇ ਬਾਲ ਬੱਚੇ, ਫਿਰ ਅੱਗੇ ਉਹਨਾਂ ਨੂੰ ਪਾਲਣਾ, ਫਿਰ ਉਹਨਾਂ ਦੇ ਸਕੂਲ। ਇੱਕ ਬੰਦਾ ਆਪਣੀ ਜ਼ਿੰਦਗੀ 'ਚ ਤੀਸਰੀ ਜਨਰੇਸ਼ਨ ਤੱਕ ਇਹੀ ਕੰਮ ਕਰਦਾ ਔਰ ਫਿਰ ਸੰਸਾਰ 'ਚੋਂ ਚਲਿਆ ਜਾਂਦਾ। ਪਰ ਗੁਰੂ ਸਾਹਿਬ ਕਹਿੰਦੇ ਨੇ ਇਹ ਤਾਂ ਇੱਕ ਇਨਸਾਨੀ ਫਰਜ਼ ਹੈ, ਪਰ ਜਿਹੜਾ ਜਨਮ ਆਪਾਂ ਹੁਣ ਪ੍ਰਾਪਤ ਕੀਤਾ ਹੈ ਇਹਦੇ ਸੁਧਾਰ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਭਈ ਪ੍ਰਾਪਤ ਮਾਨੁਖ ਦੇਹਰੀਆ, ਗੋਬਿੰਦ ਮਿਲਣ ਕੀ ਏ ਤੇਰੀ ਬਰੀਆ। ਸਪਸ਼ਟ ਜਿਹੜਾ ਲਿਖਿਆ ਬਚਨ ਹੈ, ਗੋਬਿੰਦ ਮਿਲਣ ਕੀ ਏ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੈ ਨਾ ਕਾਮ। ਉਹਨਾਂ ਬਚਨਾਂ ਨੂੰ ਆਪਾਂ ਜਿਵੇਂ ਇੱਥੇ ਇਹੀ ਫਰਕ ਹੈ ਕਿ ਆਪਾਂ ਜਦੋਂ ਇੱਥੇ ਦੇ ਸਾਰੇ ਰੂਲ ਜਿਹੜੇ ਨੇ ਉਹਨਾਂ ਨੂੰ ਫੋਲੋ ਕਰਦੇ ਹਾਂ, ਸਪੀਡ ਇੱਕਦਮ 60 'ਤੇ ਆ ਗਈ, 80 ਤੋਂ 60, 110 ਲਿਖੀ ਫਿਰ 10 'ਤੇ ਕਰਦੇ ਨੇ,
ਸਟੋਪ ਲਿਖਿਆ ਸਟੋਪ ਹੋ ਜਾਂਦਾ, ਰੈੱਡ ਲਾਈਟ ਹੈ, ਪੀਲੀ ਹੈ, ਲਾਲ ਹਰੀ ਹੈ। ਜਦੋਂ ਅਸੀਂ ਇੱਥੋਂ ਦੇ ਸਾਰੇ ਅਸੂਲਾਂ ਨੂੰ ਮੰਨਦੇ ਹਾਂ ਔਰ ਹਰ ਇੱਕ ਗੱਲ ਨੂੰ ਮੰਨਦੇ ਹਾਂ, ਉਹ ਗੱਲ ਆਪਾਂ ਮੰਨਦੇ ਨਹੀਂ, ਉਹ ਸਾਨੂੰ ਮਨਵਾਈ ਜਾਂਦੀ। ਉਹਦੇ ਸਿਰ ਦੇ ਉੱਤੇ ਕਾਹਦਾ ਪਹਿਰਾ ਹੈ? ਉਹ ਪਹਿਰਾ ਹੈ ਪੁਲਿਸ ਦਾ, ਜਿਨ੍ਹਾਂ ਨੇ ਉਹ ਫਿਰ ਪਹਿਰਾ ਕੀਤਾ ਹੋਇਆ ਆਪਣਾ, ਔਰ ਉਹ ਹਮੇਸ਼ਾ ਅੱਖ ਰੱਖਦੇ ਨੇ, ਸਾਵਧਾਨ ਰਹਿੰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸੇ ਪ੍ਰਕਾਰ ਹੁਣ ਤੁਸੀਂ ਆਪਣੇ ਉੱਤੇ ਆਪ ਹੀ ਪਹਿਰਾ ਦਿਓ। ਜਿਹੜੀਆਂ ਜਿਹੜੀਆਂ ਪੰਗਤੀਆਂ ਮਿਲੀਆਂ ਨੇ, ਜਿਹੜੀਆਂ ਆਪਾਂ ਸਵੇਰੇ ਨਿਤਨੇਮ ਕਰਦੇ ਹਾਂ, ਉਹਨਾਂ ਵਿੱਚ ਜਿਹੜੀਆਂ ਪੰਗਤੀਆਂ ਨੇ, ਪੰਗਤੀਆਂ ਦੇ ਉੱਤੇ ਅਮਲ ਕਰਨਾ। ਕੇਵਲ ਪੜ੍ਹਨ ਮਾਤਰ ਬਾਣੀ ਨਹੀਂ ਪੜ੍ਹਨੀ, ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ, ਸੋਹਲਾ ਸਾਹਿਬ ਜਾਂ ਪਾਠ ਕਰਦੇ ਹਾਂ ਮਹਾਰਾਜ, ਉਹਨਾਂ ਵਿੱਚ ਜਿਹੜੇ ਆਪਾਂ ਨੂੰ ਅਸੂਲ ਬਖਸ਼ਿਸ਼ ਕਰਦੇ ਨੇ, ਉਹਨਾਂ ਨੂੰ ਸਹੀ ਢੰਗ ਨਾਲ ਜੇ ਮੰਨ ਲਿਆ ਜਾਵੇ, ਜਿਵੇਂ ਆਪਾਂ ਸਾਰੇ ਕਾਨੂੰਨਾਂ ਨੂੰ ਮੰਨਦੇ ਹਾਂ। ਸਤਿਗੁਰੂ ਕਹਿੰਦੇ ਜੇ ਤੁਸੀਂ ਮੇਰੇ ਕਹੇ ਹੋਏ ਬਚਨਾਂ ਨੂੰ ਦੀ ਪਾਲਣਾ ਕਰੋਗੇ ਤਾਂ ਫਿਰ ਸਦਾ ਵਾਸਤੇ ਜੰਮਣਾ ਮਰਨਾ ਮਿਟ ਗਿਆ, ਕੱਲ ਹੈ ਕਾ ਕਿਛ ਨਾ ਬਸਾਏ। ਇਹ ਸੰਸਾਰ ਦੇ ਅੰਦਰ ਵੱਡੀ ਪ੍ਰੋਬਲਮ ਹੈ ਆਪਣੇ ਲਈ, ਜਿਵੇਂ ਮਹਾਰਾਜ ਨੇ ਬਖਸ਼ਿਸ਼ ਕਰਕੇ ਨੌਵੇਂ ਪਾਤਸ਼ਾਹ ਨੇ ਆਪਾਂ ਨੂੰ ਇਹ ਬਚਨ ਕੀਤੇ ਹਨ। ਸਤਿਗੁਰੂ ਫਰਮਾਉਂਦੇ ਹਨ ਯਤਨ ਬਹੁਤ ਸੁਖ ਕੀਏ ਦੁੱਖ ਕੋ ਕੀਓ ਨਾ ਕੋਏ। ਮਹਾਰਾਜ ਕਹਿੰਦੇ ਜਿੰਨੇ ਵੀ ਤੁਹਾਡੇ ਯਤਨ ਨੇ, ਸਾਰੇ ਜਿਤਨੇ ਆਪਾਂ ਬੈਠੇ ਹਾਂ, ਸੁੱਖ ਦਾ ਸਾਧਨ ਕੱਢਦੇ ਰਹਿੰਦੇ ਸਵੇਰ ਤੋਂ ਸ਼ਾਮ ਤੱਕ। ਇਨਸਾਨ ਜਦੋਂ ਦਾ ਧਰਤੀ 'ਤੇ ਆਇਆ ਹੈ, ਸੁੱਖਾਂ ਦਾ ਸਾਧਨ ਹੀ ਲੋੜਦਾ। ਇਨਸਾਨ ਨੇ ਆਪਣੇ ਸੁੱਖ ਲਈ ਘਰ ਬਣਾਇਆ, ਇਨਸਾਨ ਨੇ ਹੀਟਰ ਲਏ, ਸਰਦੀ ਹੈ ਹੁਣ ਏਸੀ ਲਏ, ਫਰਿੱਜ ਬਣੇ, ਸੋਫੇ ਬਣੇ, ਬੈੱਡ ਬਣੇ, ਇਹ ਸਾਰੀਆਂ ਚੀਜ਼ਾਂ, ਕਾਰਾਂ ਆਦਿਕ, ਜਹਾਜ਼, ਚੰਗੇ ਸੋਹਣੇ ਕੱਪੜੇ, ਹਰ ਚੀਜ਼ ਸੁੱਖ ਦਾ ਸਾਧਨ ਹੈ ਵੀ ਚਲੋ ਸਾਨੂੰ ਸੁੱਖ ਰਹੇ। ਵਿਚਾਰ ਕੇ ਦੇਖੀਏ ਆਪਾਂ ਜਿਤਨਾ ਵੀ ਕੁਝ ਕਰਦੇ ਹਾਂ ਸਾਰਾ ਸੁੱਖ ਲਈ ਹੀ ਕਰਦੇ ਹਾਂ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਦੁੱਖ ਦਾ ਵੀ ਯਤਨ ਕਰੋ। ਦੁੱਖ ਦਾ ਯਤਨ ਹੁਣ ਤੋਂ ਸ਼ੁਰੂ ਕਰੋਗੇ ਤਾਂ ਤੁਹਾਡਾ ਇਲਾਜ ਹੋ ਸਕਦਾ ਦੁੱਖ ਦਾ। ਜੇ ਦੁੱਖ ਦਾ ਹੁਣ ਤੋਂ ਹੀ ਨਾ ਸੋਚ ਵਿਚਾਰ ਕੀਤੀ, ਕਿਉਂ ਬਾਣੀ ਅੰਦਰ ਗੁਰਾਂ ਨੇ 12 ਤੇ ਵਧੀਕ ਦੇ ਵਿੱਚ ਇਹ ਬਖਸ਼ਿਸ਼ ਕਰਕੇ ਫਰਮਾਇਆ ਹੈ। ਗੁਰੂ ਸਾਹਿਬ ਜੀ ਫਰਮਾਉਂਦੇ ਹਨ ਸਰੀਰ ਖੇਤ ਜੋ ਬੀਜੀ ਹੈ ਅੰਤ ਖਲੋਆ ਆਏ। ਜ਼ਿੰਦਗੀ ਵਿੱਚ ਆਪਾਂ ਨੂੰ ਪਹਿਲਾਂ ਕੋਈ ਕੁਛ ਨਹੀਂ ਕਹਿੰਦਾ ਹੈ, ਤੁਸੀਂ ਅੱਗੇ ਗਲਤੀ ਕਰੋ, ਤੁਸੀਂ ਚੰਗਾ ਕਰੋ, ਤੁਸੀਂ ਕੋਈ ਗਲਤ ਕੁਛ ਖਾ ਲਓ, ਤੁਸੀਂ ਕਿਸੇ ਤਰ੍ਹਾਂ ਦੀ ਵੀ ਦੁਨਿਆਵੀ ਕਿੱਡੀ ਵੱਡੀ ਗਲਤੀ ਕਰਦੇ ਹੋ, ਕੋਈ ਨਹੀਂ ਕੁਛ ਕਹਿੰਦਾ, ਤੁਹਾਨੂੰ ਕੋਈ ਹੱਥ ਨਹੀਂ ਫੜਦਾ ਆਪਣਾ ਵੀ ਆਹ ਚੀਜ਼ਾਂ ਨਹੀਂ ਖਾਣੀਆਂ, ਨਹੀਂ ਪਹਿਰਨੀਆਂ, ਨਹੀਂ ਕਰਨਾ, ਇਸ ਤਰ੍ਹਾਂ ਨਹੀਂ ਕਰਨਾ। ਪਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਜਿਵੇਂ ਜਿਵੇਂ ਉਮਰ ਵੱਧਦੀ ਗਈ, ਜ਼ਿੰਦਗੀ ਦੇ ਅਖੀਰ 'ਤੇ ਜਾ ਕੇ ਸਰੀਰ ਖੇਤ ਜੋ ਬੀਜੀ ਹੈ ਅੰਤ ਖਲੋਆ ਆਏ। ਸਰੀਰ ਖੇਤ ਵਿੱਚ ਆਪਾਂ ਜੋ ਜੋ ਬੀਜਾਂਗੇ ਉਹ ਅੰਤਮ ਸਮੇਂ 'ਤੇ ਸਾਹਮਣੇ ਖੜਾ ਹੋ ਜਾਣਾ ਸਾਰਾ ਹਿਸਾਬ ਕਿਤਾਬ। ਇਸ ਕਰਕੇ ਯਤਨ ਬਹੁਤ ਸੁੱਖ ਕੇ ਕੀਏ ਦੁੱਖ ਕੋ ਕੀਓ ਨਾ ਕੋਏ। ਦੁੱਖ ਦਾ ਯਤਨ ਆਪਾਂ ਨਹੀਂ ਕੀਤਾ ਹੈ ਕਦੇ, ਦੁੱਖ ਦਾ ਯਤਨ ਵੀ ਕਰ ਲਈਏ। ਸਿਆਣੇ ਬੰਦੇ ਹਮੇਸ਼ਾ ਦੂਰ ਦੀ ਸੋਚਦੇ ਨੇ ਕਿ ਜਦੋਂ ਦੁੱਖ ਆਵੇਗਾ ਤਾਂ ਉਹਦਾ ਇਲਾਜ ਕੀ ਕਰਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਦੁੱਖ ਦਾ ਇਲਾਜ ਹੈ ਪਰਮੇਸ਼ਰ ਦਾ ਨਾਮ, ਦੁੱਖ ਦਾ ਇਲਾਜ ਹੈ ਜੰਮਣਾ ਮਰਨਾ ਕੱਟਣ ਲਈ। ਬਾਣੀ ਅੰਦਰ ਗੁਰਾਂ ਨੇ ਬਚਨ ਕੀਤਾ ਸਤਿਗੁਰੂ ਕਹਿ ਜਨਮੇ ਗਵਨ ਮਿਟਾਇਆ ਅਨਹਤ ਰਾਤੇ ਇਹੋ ਮਨ ਲਾਇਆ। ਜਿਹਨੇ ਗੁਰੂ ਘਰ ਵਿੱਚ ਜਨਮ ਲੈ ਲਿਆ, ਸਤਿਗੁਰੂ ਕਹਿ ਜਨਮੇ ਗਵਨ ਮਿਟਾਇਆ, ਗਵਨ ਹੁੰਦਾ ਆਉਣਾ ਜਾਣਾ। ਜਿਨ੍ਹਾਂ ਨੇ ਸਤਿਗੁਰ ਦੇ ਘਰ ਦੇ ਅੰਦਰ ਜਨਮ ਲਿਆ ਉਹਨਾਂ ਦਾ ਆਉਣਾ ਅਤੇ ਜਾਣਾ ਅਤੇ ਜੰਮਣਾ ਅਤੇ ਮਰਨਾ
समाप्त हो गया। जिस इंसान ने यह नहीं सोचा कि मैं जन्म लिया और मैं कितना छोटा जैसी गोदी चकते सी माता पिता, फिर मैं 5 साल का होया, 10-20 का होया, 40-60 का होया, 60-80 का हो गया। महाराज जी कहते एक ना एक दिन तो फिर संसार के अंदरों जीव ने जाना ही होंदा। इस करके वो खेत विच की बीजना, महाराज कहते कर्म भूम मैं बोवहो नाम। ये शरीर जिहड़ा कर्म भूम है, शरीर खेत जो बीजे अंत खलोआए, कर्म भूम मैं बोवहो नाम। ये नाम का बीज बीजना, मान हाली मन नूं हाली बनाउणा। हाली कहिंदे ने उद्यमी बंदा, सवेरे पुराने लोग 3 बजे उठ के हल वाहुण जांदे सी, अमृत वेले का जागना, किरसानी करनी, लोग किरसानी खेती करदे सी, इधर खेती काहदी भगती दी, शर्म पाणी, शर्म दा पाणी देना, माड़े कम्मां तों शर्म करनी। दूसरा अखर पैर विच जे रारा जे श्रम, वह तो भी अर्थ भाव श्रम मेहनत नूं कहिंदे ने, पर इत्थे शर्म माड़े कम्मां तों शर्म खंड विच प्रवेश करना, जिहदे विच महाराज ने कुरैतां तों रोकिया वी आह कुरैतां नहीं करनियां। सधारण जीवन जिहड़ा है, जिवें महाराज ने बख्शिश कीती, पार त्रै रूप ना पेखै नेत्र, साध की टहल संत संग हेत, करन ना सुनै काहू की निंदा, सब ते जानै आपस को मंदा, गुरप्रसाद विखिया पर हरै, मन की बासना मन ते टरै, इंद्री जित अखां नूं जित अपणियां, कन्नां नूं जित, जबान नूं जित, विकारां नूं जित, हत्थां पैरां नूं जित, काबू कर, इन्हां नूं कंट्रोल कर। ये जे 5 गर्म जे कर्म इंद्रे ने, 5 ज्ञान इंद्रे ने, जे ये साढ़े कंट्रोल विच नहीं आउंदे हन, काबू विच नहीं आउंदे हन, इन्हां बारे आसाज दी वार जे श्रवण करदे हो रोज़, बहुत कुछ दस्या। अखी सूतक वेखना पर त्रै पर तन रूप, कन्नी सूतक कन्न पै लाए तबारी खाह, नानक हंसा आदमी बधे जमपुर जा। जे आपां रोज़ सवेरे आनंद साहब का पाठ करते हैं, नेत्रो मेरियो, पहला रसना तो शुरू करते, रसना तू अनरस राच रही तेरी प्यास ना जाए, प्यास ना जाए होरत कितै, जिचर हर रस पल्लै ना पाए, हर रस पाए पल्लै पीए हर रस, बहुत ना तृष्णा लागै आए, एहो हर रस करमी पाईऐ सतगुर मिलै जसाए, कह नानक होर अनरस सब विसरे जा हर वसै मन आए। दुनियावी रस भावें 100 होवे, भावें 500 होवे, भावें 1000 होवे, भावें 1,00,000 होवे, जदों तुसीं दुनियावी रस लै रहे हो उदों आत्मक रस नहीं आउंदा। 10वें पातशाह ने खालसे की डेफिनेशन जिहड़ी दसी है, आत्म रस जिह जान ही सो है खालसे, प्रभ मैं मोह मैं तास मैं रंचक नाही भेव। महाराज ने बाणी के अंदर कुछ रस दसे ने, सतगुरु कहिंदे ने एते रस शरीर के, कह घट नाम निवास। जिहड़े रस ने अपने, जितने भी आप संसार विच रस लैने हैं, 5 दोख ने, शब्द स्पर्श रस रूप गंध, शब्द होंदे इत्थे, दूसरा शब्द नहीं बाणी का, इत्थे जिहड़ी गल है शब्द होंदी, विकारां दीआं गल्लां करनियां, गल्लां बातां, और हर वक्त ये गंदे गाने सुनने, स्पर्श चमड़ी का हुंदा, रस लैना जीव दे नाल, रूप अखां दा रस है रूप देखना, गंध नक दे राहीं तरह तरह दीआं खुशबूआं लैनियां। महाराज कहिंदे ने ये किहड़े रस ने, इन्हां विचों आत्मक रस तां कोई है ही नहीं। महाराज कहिंदे रस सोयना, रस रूपा कामण,
ਸੋਨੇ ਦਾ ਰਸ ਹੈ, ਕੇਵਲ ਰਸ ਹੈ ਬਸ। ਸੋਨਾ ਜਿੰਨਾ ਮਰਜ਼ੀ ਪਾ ਲਓ, ਕਿੰਨਾ ਮਰਜ਼ੀ ਰੱਖ ਲਓ, ਉਹ ਰਸ ਹੈ ਇੱਕ, ਮੇਰੇ ਪਾਸ ਸੋਨਾ ਹੈ। ਸੋਨਾ ਕਿਸੇ ਤਰ੍ਹਾਂ ਦੀ ਸੰਸਾਰੀ ਮਦਦ, ਮਾੜੀ ਮੋਟੀ ਔਖੇ ਵੇਲੇ ਵੇਚਤਾ, ਚਲੋ ਚਾਰ ਪੈਸੇ ਆਏ, ਕਰਜ਼ਾਈ ਸੀ ਕਰਜ਼ਾ ਲਾਹਤਾ, ਜਾਂ ਸੁਹੱਪਣ ਲਈ ਪਾਇਆ ਗਿਆ। ਮਹਾਰਾਜ ਕਹਿੰਦੇ ਰਸ ਸੋਨਾ ਰਸ ਰੂਪਾ, ਚਾਂਦੀ ਨੂੰ ਕਹਿੰਦੇ ਚਾਂਦੀ ਦਾ ਰਸ ਹੈ ਇੱਕ, ਕਾਮਣ ਇਸਤਰੀ ਦਾ ਰਸ ਹੈ। ਰਸ ਪਰਮਲ, ਪਰਮਲ ਚੰਦਨ ਨੂੰ ਕਹਿੰਦੇ ਨੇ, ਚੰਦਨ ਦਾ ਭਾਵ ਪਰਫਿਊਮ ਆਦਿ ਖੁਸ਼ਬੂਆਂ ਲਾਉਣੀਆਂ, ਇਹ ਵੀ ਜਿਹੜਾ ਹੈ ਨੱਕ ਦਾ ਰਸ ਹੈ। ਰਸ ਸੋਨਾ ਸਰੀਰ ਦਾ ਰੂਪਾ, ਚਾਂਦੀ ਵੀ ਸਰੀਰ 'ਤੇ ਪਾਈ ਜਾਂਦੀ, ਕਾਮਣ ਵਿਸ਼ਿਆਂ ਦਾ ਰਸ ਹੋ ਗਿਆ। ਰਸ ਪਰਮਲ ਚੰਦਨ ਦਾ ਰਸ, ਅਤਰ ਫਲੇਲ ਆਦਿਕ ਛਿੜਕਣੇ, ਇਹ ਸਾਰੇ ਜਿਹੜੇ ਰਸ ਨੇ, ਰਸ ਘੋੜੇ, ਘੋੜੇ ਰਥ, ਗੱਡੀਆਂ ਆਦਿ, ਮੋਟਰ ਸਕੂਟਰ ਹੋ ਗਏ, ਕਾਰਾਂ ਹੋ ਗਈਆਂ, ਜਹਾਜ਼। ਮਹਾਰਾਜ ਕਹਿੰਦੇ ਇਹ ਸਾਰੇ ਪ੍ਰਕਾਰ ਦਾ ਇਹ ਕਿਹੜਾ ਰਸ ਹੈ? ਸਰੀਰ ਹੈ, ਸਰੀਰ ਨਾਲ ਆਪਾਂ ਇਹ ਰਸ ਭੋਗਦੇ ਸਾਰੇ, ਚਾਹੇ ਉਹ ਗੱਡੀਆਂ 'ਚ ਬਹਿਣਾ ਹੈ, ਠੀਕ ਆ, ਉਹ ਸੁੱਖ ਦੇ ਵੀ ਸਾਧਨ ਬਣ ਗਏ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰਸ ਪਰਮਲ ਕੀ ਵਾਸ, ਰਸ ਘੋੜੇ। ਸੋ ਰਸ ਘੋੜੇ, ਘੋੜੇ ਜਿਹੜੇ ਹੁੰਦੇ ਨੇ, ਰਸ ਘੋੜੇ, ਰਸ ਸੇਜਾ ਮੰਦਰ, ਸੇਜਾ ਦਾ ਰਸ ਲੈਣਾ, ਮੰਦਰ ਦਾ ਰਸ ਲੈਣਾ, ਘਰ ਬਣਾਉਣੇ, ਰਸ ਮਿੱਠਾ, ਮਿਠਾਸ ਦੇ ਰਸ ਲੈਣੇ, ਇਹ ਜ਼ਬਾਨ ਦੇ ਰਸ ਸਾਰੇ, ਮਾਸ ਮਾਸ ਤੱਕ ਰਸ। ਮਹਾਰਾਜ ਕਹਿੰਦੇ ਇਹ ਜਿਹੜੇ ਏਤੇ ਰਸ ਇਨਸਾਨ ਲੈਂਦਾ, ਇਹ ਸਰੀਰ ਕੇ ਰਸ ਹੈ, ਇਹਦੇ ਵਿੱਚ ਹੁਣ ਕੋਈ ਰਸ ਆਤਮਕ ਰਸ ਨਹੀਂ ਹੈ। ਇਹ ਆਤਮਕ ਰਸ ਲੈਣਾ, ਜਿਹੜਾ ਆਤਮਕ ਰਸ ਲਈ ਸਤਿਗੁਰੂ ਮਹਾਰਾਜ ਆਪਾਂ ਨੂੰ ਇਸ ਕਰਕੇ ਸਮਝਾਉਂਦੇ ਨੇ ਕਿ ਇਹ ਰਸਨਾ ਤੂੰ ਅਨਰਸ ਰਾਜ ਰਹੀ, ਇਹ ਸਰੀਰ ਆ ਮੇਰੇ ਆ, ਸਰੀਰ ਨੂੰ ਵੀ ਸਮਝਾਇਆ ਇਹ ਨੇਤਰੋ ਮੇਰੇ ਹੋ, ਇਹ ਸ਼ਰਵਣੋ ਮੇਰੇ ਹੋ। ਜਦੋਂ ਸਵੇਰੇ ਉੱਠ ਕੇ ਸ੍ਰੀ ਆਨੰਦ ਸਾਹਿਬ ਦਾ ਆਪਾਂ ਪਾਠ ਕਰਦੇ ਹਾਂ, ਉਸ ਵਕਤ ਇਹ ਹੌਲੀ ਹੌਲੀ ਪਾਠ ਕਰਕੇ ਉਹ ਵਿੱਚੋਂ ਸੇਧ ਲੈਂਦੇ ਹਾਂ। ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ, ਉਹ ਇੱਕ ਸੇਧ ਮਿਲਦੀ। ਵਾਸਤਵ ਦੇ ਵਿੱਚ ਜ਼ਿੰਦਗੀ ਦਾ ਸਾਰਾ ਸਿਧਾਂਤ ਜਪਜੀ ਸਾਹਿਬ ਦੇ ਆਰੰਭ ਵਿੱਚ ਹੋ ਜਾਂਦਾ। ਆਰੰਭ ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ। ਵਡਿਆਈ ਵੀ ਹੁਕਮ ਵਿੱਚ ਹੀ ਮਿਲਦੀ ਹੈ ਕਿਸੇ ਇਨਸਾਨ ਨੂੰ। ਹੁਕਮੀ ਉੱਤਮ ਨੀਚ, ਉੱਤਮ ਤੋਂ ਨੀਚ ਬਣ ਜਾਣਾ, ਨੀਚ ਤੋਂ ਉੱਤਮ ਉੱਤਮ ਬਣ ਜਾਣਾ। ਹੁਕਮ ਲਿਖ ਦੁੱਖ ਸੁੱਖ ਪਾਈਆ ਹੈ, ਦੁੱਖ ਅਤੇ ਸੁੱਖ ਦੀ ਪ੍ਰਾਪਤੀ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈਆ ਹੈ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਏ। ਇਉਂ ਆਪਾਂ ਜੇ ਵਿਚਾਰ ਕੇ ਦੇਖੀਏ, ਇਹ ਜਿਹੜੇ ਆਪਾਂ ਵਿਚਾਰ ਸਾਂਝੇ ਕਰ ਰਹੇ ਹਾਂ, ਇਹ ਤੁਹਾਨੂੰ ਆਉਂਦੇ ਨੇ ਸਾਰੇ, ਤੁਸੀਂ ਕਹੋਗੇ ਇਹ ਸਾਨੂੰ ਪਤਾ। ਪਰ ਕਦੇ ਕਦੇ ਇਹ ਦੁਬਾਰਾ ਵੀ ਵਿਚਾਰ ਕਰ ਲੈਣੇ ਚਾਹੀਦੇ ਨੇ, ਕਿਉਂਕਿ ਜਪਜੀ ਸਾਹਿਬ ਜਿੰਨੀ ਸਪੀਡ ਨਾਲ ਸਵੇਰੇ ਪੜ੍ਹਿਆ ਸੀ ਕਿਸੇ ਨੇ, ਉਹਨੇ ਉਹਨੂੰ ਪੱਲੇ 'ਚ ਨਹੀਂ ਪਾਇਆ ਆਪਣੇ 'ਚ, ਉਹਨੇ ਸਿਰਫ ਪੜ੍ਹਿਆ ਹੀ ਹੈ। ਉਹਦੇ ਲਈ ਜਦੋਂ ਆਪਾਂ ਉਹਨੂੰ ਵਿਚਾਰ ਦੁਆਰਾ ਪੜ੍ਹਦੇ ਹਾਂ, ਕਿਸੇ ਵੀ ਬਾਣੀ ਨੂੰ ਜਿੰਨੀ ਵਿਚਾਰ ਦੁਆਰਾ ਪੜ੍ਹੀਏ, ਉਨਾ ਹੀ ਬਾਣੀ ਫਿਰ ਮਨ ਦੇ ਉੱਤੇ ਡੂੰਘਾ ਅਸਰ ਕਰਦੀ। ਇਸੇ ਕਰਕੇ ਆਪਾਂ ਜਪਜੀ ਸਾਹਿਬ ਦੇ ਅਰਥਾਂ ਨੂੰ ਪੜ੍ਹੀਏ, ਅੱਗੇ ਬਾਣੀਆਂ ਦੇ ਸਾਰੇ ਅਰਥ ਪੜ੍ਹਦੇ ਹੋਏ ਗੁਰੂ ਸਾਹਿਬ ਕਿਰਪਾ ਕਰਨ, ਉਹਨਾਂ ਨੂੰ ਵਿਚਾਰ ਦੁਆਰਾ ਹੌਲੀ ਹੌਲੀ ਪੜ੍ਹਦੇ ਹੋਏ ਆਪਣੇ ਮਨ ਦੇ ਉੱਤੇ ਅਸਰ ਪਾਈਏ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਤਨੇ ਰਸ ਤੁਸੀਂ ਲੈਂਦੇ ਹੋ ਸੰਸਾਰ ਦੇ, ਏਤੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ। ਨਾਮ ਦਾ ਨਿਵਾਸ ਹਿਰਦੇ 'ਚ ਕਰਨ ਲਈ ਬਾਕੀ ਦੇ ਸਾਰੇ ਰਸਾਂ ਦਾ ਜੀਵ ਹੌਲੀ ਹੌਲੀ ਤਿਆਗ ਕਰਦਾ। ਸਾਰੇ ਜਾਣੇ ਨਹੀਂ ਕਰਦੇ ਹੁੰਦੇ, ਸਿਰਫ ਕੌਣ ਕਰਦਾ? ਜਿਨ੍ਹਾਂ ਨੇ ਇਹ ਇੱਛਾ ਪ੍ਰਗਟ ਕੀਤੀ ਕਿ ਮੈਂ ਹੋਰ ਦਾ ਸਾਰੇ ਰਸ ਵੇਖ ਲਏ ਨੇ, ਹੁਣ ਮੈਂ ਨਾਮ ਦਾ ਰਸ ਲੈ ਕੇ ਦੇਖਣਾ। ਜੇ ਨਾਮ ਦੇ ਰਸ ਲੈਣ ਦੀ ਇੱਛਾ ਹੋ ਜਾਵੇ
ਤਾਂ ਮਹਾਰਾਜ ਕਹਿੰਦੇ ਫਿਰ ਦੂਜੇ ਰਸਾਂ ਨੂੰ ਛੱਡ ਕੇ ਜੀਵ ਸਿਰਫ ਨਾਮ ਦਾ ਰਸ ਲੈਣ ਲਈ ਤਿਆਰ ਹੋ ਕੇ ਤੁਰੇ। ਤਾਂਹੀਓ ਸਤਿਗੁਰੂ ਨੇ ਆਪਾਂ ਨੂੰ ਸੇਵਾ ਲਈ ਹੁਕਮ ਕੀਤਾ, ਕਿਉਂਕਿ ਸੇਵਾ ਕਰਤ ਹੋਏ ਨੇਕਾਮੀ ਤਿਸ ਕਉ ਹੋਤ ਪ੍ਰਾਪਤ ਸਵਾਮੀ। ਜਦੋਂ ਵੀ ਆਪਾਂ ਗੁਰੂ ਸਾਹਿਬ ਦੀ ਸੇਵਾ ਕਰਦੇ ਦੋ ਤਰ੍ਹਾਂ ਨਾਲ ਕਰਦੇ, ਇੱਕ ਤਾਂ ਇੱਛਾ ਕਰਕੇ, ਇੱਕ ਨਿਰਿਛਤ ਸੇਵਾ ਹੈ। ਜਦੋਂ ਜਦੋਂ ਆਪਾਂ ਸੇਵਾ ਕਰਦੇ ਹਾਂ, ਸੇਵਾ ਚਾਹੇ ਉਹ ਬਾਣੀ ਪੜ੍ਹਨ ਦੀ ਹੈ, ਚਾਹੇ ਉਹ ਕੀਰਤਨ ਦੀ ਹੈ, ਚਾਹੇ ਉਹ ਕਥਾ ਦੀ ਹੈ, ਚਾਹੇ ਗੁਰੂ ਘਰ ਦੀ ਹੈ, ਚਾਹੇ ਮਾਇਆ ਕਰਕੇ ਹੈ, ਚਾਹੇ ਸਰੀਰ ਕਰਕੇ ਹੈ, ਕਿਸੇ ਤਰ੍ਹਾਂ ਦੀ ਸੇਵਾ ਕੀਤੀ ਇੱਛਾ ਦੇ ਨਾਲ, ਜਿਨ੍ਹਾਂ ਨੇ ਕੋਈ ਵੀ ਦਾਨ ਪੁੰਨ ਕੀਤਾ, ਉਹਨੇ ਮੰਗਿਆ ਮਹਾਰਾਜ ਕਿਰਪਾ ਕਰਿਓ, ਮੈਂ ਇੰਨਾ ਦਾਨ ਕਰ ਰਿਹਾ, ਮੈਨੂੰ 100 ਗੁਣਾ ਹੋ ਕੇ ਮਿਲੇ, ਉਹਨੂੰ ਮਿਲ ਜਾਂਦਾ, 100,000 ਗੁਣਾ ਵੀ ਮਿਲ ਜਾਂਦਾ। ਪਰ ਕਈ ਜਿਹੜੇ ਜੀਵ ਨੇ ਆਪਣੇ ਵਿੱਚੋਂ, ਉਹ ਸੇਵਾ ਦਿਖਾ ਕੇ ਵੀ ਨਹੀਂ ਕਰਦੇ, ਚੁੱਪ ਕਰਕੇ ਸੇਵਾ ਕਰ ਜਾਂਦੇ ਨੇ, ਕਿਸੇ ਨੂੰ ਪਤਾ ਵੀ ਨਹੀਂ ਲੱਗਦਾ, ਉਹ ਕਦੇ ਚਿਤਾਰਦਾ ਵੀ ਨਹੀਂ, ਮਨ ਦੇ ਅੰਦਰ ਕਦੇ ਸੋਚਿਆ ਵੀ ਨਹੀਂ ਮੈਂ ਇੱਥੇ ਸੇਵਾ ਕਰਕੇ, ਉਹ ਭੁੱਲ ਹੀ ਜਾਂਦਾ। ਉਹ ਕੀ ਕਹਿੰਦਾ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਮਹਾਰਾਜ ਮੇਰਾ ਕੀ ਸੀ, ਜਦੋਂ ਮੈਂ ਇੱਥੇ ਆਇਆ ਸੀ ਦੁਨੀਆਂ ਵਿੱਚ ਮੇਰੇ ਕੋਲ ਕੀ ਸੀ, ਜਦ ਇਸ ਦੇਸ਼ ਵਿੱਚ ਆਏ ਸੀ ਕੀ ਲੈ ਕੇ ਆਏ ਸੀ, ਸਭ ਕੁਝ ਆਪ ਜੀ ਦਾ ਦਿੱਤਾ ਹੋਇਆ ਹੈ। ਤੇਰੋ ਕੀ ਆ ਤੁਝੇ ਕਿਆ ਅਰਪਾਉ, ਨਾਮ ਤੇਰਾ ਤੂੰ ਹੀ ਚਰਨ ਟੋਲਾਰੇ। ਮਹਾਰਾਜ ਆਪ ਦਾ ਦਿੱਤਾ ਹੋਇਆ ਸਭ ਕੁਛ ਹੈ ਅਤੇ ਮੈਂ ਕੋਈ ਇੱਛਾ ਨਹੀਂ ਕਰਦਾ, ਮੈਂ ਸਿਰਫ ਇੱਕ ਗੁਰਸਿੱਖ ਹੋਣ ਦਾ ਫਰਜ਼ ਅਦਾ ਕੀਤਾ ਕਿ ਤੁਸੀਂ ਮੈਨੂੰ ਬਹੁਤ ਕੁਛ ਦਿੱਤਾ, ਮੈਂ ਉਹਦੇ ਵਿੱਚੋਂ 10ਵਾਂ ਹਿੱਸਾ ਕੱਢ ਕੇ ਲੈ ਕੇ ਆਇਆ। ਜਦੋਂ ਅਸੀਂ ਦਸਵੰਧ ਕੱਢਦੇ ਹਾਂ, ਕੋਈ ਅਹਿਸਾਨ ਨਹੀਂ ਕਰਦੇ, ਉਹਦਾ ਦਸਵੰਧ ਹੈ, ਗੁਰੂ ਦਾ ਹੀ ਹੁੰਦਾ, ਉਹ ਦੇ ਦਿੱਤਾ। ਹਾਂ, ਆਨੰਦ ਤਾਂ ਇਸ ਗੱਲ ਵਿੱਚ ਹੈ ਕਿ 10 ਹਿੱਸੇ ਦੀ ਬਜਾਏ 10% ਦੇ ਵਿੱਚ ਜਿਹਨੇ 20 ਕੱਢਿਆ ਹੈ, ਉੱਥੇ ਫਿਰ ਕਿਰਪਾ ਸ਼ੁਰੂ ਹੁੰਦੀ। 15%, 20% ਪ੍ਰੈਕਟੀਕਲੀ ਲਾਈਫ ਦੱਸਦਾ ਮੈਂ ਇਹ ਗੱਲ। ਜਦੋਂ ਵੀ ਕੋਈ ਇਨਸਾਨ ਸਾਨੂੰ ਦਸਵੰਧ ਬਾਰੇ ਪੁੱਛਦੇ ਨੇ, ਕਹਿਣਗੇ ਜੀ ਪਹਿਲਾਂ ਸਾਰੇ ਬਿੱਲ ਪੇ ਕਰ ਦਈਏ, ਕਰ ਕਰਾ ਕੇ, ਜੇ ਜਿੰਨੇ ਬਚਣਗੇ, ਫਿਰ ਤਾਂ ਬਚਣਾ ਹੀ ਕੁਛ ਨਹੀਂ। $100 ਜੇ ਬਚਿਆ 1,000 ਚੋਂ, 1,500, 2,000 ਚੋਂ, ਕਹਿੰਦੇ ਫਿਰ 100 ਚੋਂ $10 ਕੱਢ ਦਈਏ। ਗੁਰੂ ਸਾਹਿਬ 'ਤੇ ਇਹ ਸ਼ੰਕਾ ਵਾਲੀ ਗੱਲ ਹੋ ਗਈ, ਗੁਰੂ ਦੀ ਸਮਰੱਥਾ 'ਤੇ ਸ਼ੰਕਾ ਹੋ ਗਈ ਕਿ ਜੇ 2,000 ਚੋਂ 200 ਕੱਢਿਆ ਤਾਂ ਮਹਾਰਾਜ ਨੇ ਦਸਵੰਧ ਜੇ ਲਿਆ ਵੀ ਹੈ, ਤਿੰਨਾਂ ਲੋਕਾਂ ਦਾ ਮਾਲਕ ਜੋ ਹੈ ਉਹਨੇ ਸਾਡਾ ਪੈਸਾ ਰੱਖਣਾ ਨਹੀਂ ਹੁੰਦਾ, ਉਹ ਤਾਂ ਸਾਡੀ ਕਿਰਤ ਨੂੰ ਸਫਲਾ ਕਰਦੇ ਨੇ। ਘਾਲ ਖਾਏ ਕਿਸ਼ ਹੱਥੋਂ ਦੇ, ਨਾਨਕ ਰਾਹੋ ਪਛਾਣੇ ਸੀ। ਮਹਾਰਾਜ ਸਾਡੇ ਪੈਸੇ ਲੈ ਕੇ, ਕਿਉਂਕਿ ਉਹ ਚੰਗੇ ਮੁੱਖ ਜਾਂਦੇ, ਗੋਲਕ 'ਚ ਆਏ ਨੇ, ਲੰਗਰ ਬਣਿਆ, ਲੰਗਰ 500 ਜਾਣੇ ਨੇ ਛਕਿਆ, 500 ਜਾਣੇ ਨੇ ਮੁੱਖ ਵਿੱਚ ਪ੍ਰਸ਼ਾਦਾ ਪਾਉਣ ਵੇਲੇ ਆਖਿਆ ਸਤਨਾਮ ਸ਼੍ਰੀ ਵਾਹਿਗੁਰੂ, ਉਹ 500 ਵਾਰੀ ਵਾਹਿਗੁਰੂ ਅੱਖਰ ਕਿਹਾ ਗਿਆ। ਉਹਦੇ ਵਿੱਚ ਜਿਹੜਾ ਸਾਡਾ ਕਿਣਕਾ, ਉਹਦਾ ਸਾਨੂੰ ਵੀ ਫਾਇਦਾ ਹੋਣਾ, ਉਹ ਗੁਰੂ ਨੂੰ ਪ੍ਰਵਾਨ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਇਸ ਕਰਕੇ ਕਹਿੰਦੇ ਨੇ, ਜਿਹੜਾ 20 ਰੁਪਿਆਂ ਦਾ ਸੌਦਾ ਗੁਰੂ ਨਾਨਕ ਸਾਹਿਬ ਨੇ ਕੀਤਾ ਸੀ, ਮਹਾਰਾਜ ਕਹਿੰਦੇ ਇਸੇ ਕਰਕੇ 20 ਰੁਪਏ ਨਾਲ ਉਹਨਾਂ ਨੇ ਭੁੱਖਿਆਂ ਨੂੰ ਪ੍ਰਸ਼ਾਦਾ ਛਕਾਇਆ, ਉਹਦੇ ਨਾਲ ਹੀ ਉਹ ਸਾਰਾ ਲੰਗਰ ਅੱਜ ਵੱਧਦਾ ਗਿਆ। ਅੱਜ ਵੀ ਆਪਾਂ ਉਹੀ ਕਰਮ ਕਰਦੇ ਹਾਂ, ਦਸਵੰਧ ਕੱਢਦੇ ਹਾਂ, ਗੁਰੂ ਸਾਹਿਬ ਦੀ ਸੇਵਾ ਵਿੱਚ ਇਮਾਰਤਾਂ ਵਿੱਚ ਲੱਗਦਾ, ਉਹ ਸਾਰੀ ਜਿਹੜੀ ਸੇਵਾ ਉਹਦੇ ਵਿੱਚੋਂ ਵੀ ਆਪਾਂ ਨੂੰ ਫਲ ਮਿਲਦਾ। ਸੇਵਾ ਵਿੱਚ ਵੱਧ ਕੇ ਹਿੱਸਾ ਪਾਉਣ ਦੇ ਨਾਲ ਆਪਾਂ ਨੂੰ ਹੋਰ ਕਿਰਪਾ ਹੁੰਦੀ। ਤਾਂਹੀਓ ਸਤਿਗੁਰੂ ਨੇ ਕਿਹਾ, ਗੁਰ ਸੇਵਾ 'ਤੇ ਸੁੱਖ ਉਪਜਾਏ। ਇੱਕ ਤਾਂ ਗੁਰੂ ਦੀ ਸੇਵਾ ਕਰਨ ਨਾਲ ਸੁੱਖ ਕੱਖੇ ਨੂੰ ਔਂਕੜ, ਸੁੱਖ ਆਤਮਕ ਆਨੰਦ, ਸਰ ਜਿਹੜਾ ਸੰਸਾਰ ਦਾ ਸੁੱਖ ਹੈ ਇਹ ਵੀ ਪੈਦਾ ਹੋ ਜਾਂਦਾ। ਫਿਰ ਦੁੱਖ ਨਾ ਲੱਗਾ ਆਏ, ਜੰਮਣ ਮਰਨ ਦਾ ਦੁੱਖ, ਦੁੱਖ ਵਿਛੋੜਾ, ਇੱਕ ਦੁੱਖ ਭੂਖ। ਵਿਛੋੜਾ ਸੰਸਾਰੀ ਵੀ ਹੋ ਸਕਦਾ, ਵਿਛੋੜਾ ਇੱਥੇ ਪਰਮੇਸ਼ਰ ਦਾ ਪਹਿਲਾਂ ਹੀ ਹੋਇਆ ਹੋਇਆ ਆਪਾਂ ਨੂੰ।
ਬਹੁਤ ਜਨਮ ਵਿਛੜੇ ਇੱਥੇ ਮਾਧੋਏ ਜਨਮ ਤੁਮਾਰੇ ਲਿਖ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵਿਛੋੜਾ ਹੈ ਪਰਮੇਸ਼ਰ ਦਾ, ਆਤਮਾ ਅਤੇ ਪਰਮਾਤਮਾ ਦਾ ਆਪਸ ਵਿੱਚ ਵਿਛੋੜਾ। ਉਹ ਆਪਾਂ ਚਾਹੁੰਦੇ ਹਾਂ ਕਿ ਸੇ ਸੰਯੋਗ ਕਰੋ ਮੇਰੇ ਪਿਆਰੇ, ਜੇ ਤਰਸਨਾ ਹਰ ਨਾਮ ਉਚਾਰੇ। ਇਸ ਕਰਕੇ ਉਹ ਜਿਹੜਾ ਆਤਮਕ ਸੰਯੋਗ ਚਾਹੁੰਦੇ ਆ ਪਰਮਾਤਮਾ ਦੇ ਨਾਲ, ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਭੁੱਖ ਦਾ ਵੀ ਦੁੱਖ ਹੈ, ਇੱਕ ਦੁੱਖ ਸਖਤ ਵਾਰ ਜਮਦੂਤ ਦੂਤਾਂ ਦਾ, ਜਮਦੂਤਾਂ ਦਾ ਦੁੱਖ ਵੀ ਕਿਹਾ ਬਾਣੀ ਨੇ, ਇੱਕ ਦੁੱਖ ਰੋਗ ਲੱਗਾ ਤਨ ਧਾਏ, ਇੱਕ ਬਿਮਾਰੀ ਦਾ ਲੱਗ ਜਾਣਾ, ਅੱਧੀ ਵਿਆਧੀ ਉਪਾਧੀ ਦਾ ਖੜ੍ਹੇ ਹੋ ਜਾਣਾ। ਮਹਾਰਾਜ ਕਹਿੰਦੇ ਚਾਰ ਪ੍ਰਕਾਰ ਦਾ ਦੁੱਖ ਹੈ, ਗੁਰਸੇਵਾ ਅਤੇ ਸੁੱਖ ਉਪਜੈ। ਸਰੀਰਕ ਸੁੱਖ, ਆਤਮਕ ਸੁੱਖ, ਸਾਰੇ ਹੀ ਸੁੱਖ ਗੁਰੂ ਦੀ ਸੇਵਾ ਤੋਂ ਪ੍ਰਾਪਤ ਹੁੰਦੇ ਨੇ। ਫਿਰ ਦੁੱਖ ਨਾ ਲੱਗਾ ਆਏ, ਜੰਮਣ ਮਰਨਾ ਮਿਟ ਗਿਆ, ਕੱਲ ਹੈ ਕਾ ਕਿਛ ਨਾ ਵਸਾਏ। ਉੱਥੇ ਕਾਲ ਦਾ ਕੋਈ, ਮੌਤ ਦਾ ਕੋਈ ਬਸ ਨਹੀਂ ਚੱਲਦਾ, ਕਿਉਂਕਿ